ਪਾਕਿਸਤਾਨ ਦੇ ਨਨਕਾਣਾ ਸਾਹਿਬ ਗੁਰਦੁਆਰਾ ਦੀ ਬੇਅਦਬੀ ਦੇ ਬਾਅਦ ਆਲ ਇੰਡੀਆ ਐਂਟੀ ਟੈਰਰਿਸਟ ਫਰੰਟ ਦੇ ਪ੍ਰਧਾਨ ਮਨਿੰਦਰ ਸਿੰਘ ਬਿੱਟਾ ਪਾਕਿਸਤਾਨ 'ਚ ਬੈਠੇ ਗੋਪਾਲ ਸਿੰਘ ਚਾਵਲਾ ਅਤੇ ਹੋਰ ਆਤੰਕਵਾਦੀਆਂ ਦੇ ਖੂਬ ਭੜਕੇ ਅਤੇ ਉਹਨਾਂ ਨੇ ਕਿਹਾ ਕਿ ਇਹ ਲੋਕ ਹੁਣ ਕਿੱਥੇ ਹਨ ਜਦ ਗੁਰਦੁਆਰਾ ਸਾਹਿਬ ਦੀ ਬੇਅਦਬੀ ਹੋਈ ਹੈ ਅਤੇ ਇਹ ਲੋਕ ਖਾਮੋਸ਼ ਹਨ ਤੇ ਪਾਕਿਸਤਾਨ 'ਚ ਬੈਠੇ ਗੱਦਾਰੀ ਕਰ ਰਹੇ ਹਨ। ਬਿੱਟਾ ਨੇ ਪਾਕਿਸਤਾਨ 'ਚ ਬੈਠੇ ਅੱਤਵਾਦੀਆਂ ਨੂੰ ਕਿਹਾ ਕਿ ਜੇਕਰ ਉਹਨਾਂ 'ਚ ਹਿੰਮਤ ਹੈ ਤਾਂ ਹੁਣ ਬੇਅਦਬੀ ਕਰਨ ਵਾਲਿਆਂ ਨੂੰ ਸਬਕ ਸਿਖਾਉਣ ਜਾਂ ਤਾਂ ਇੱਧਰ ਭਾਰਤ ਆਉਣ ਦੀ ਹਿੰਮਤ ਕਰਨ ਤਾਂ ਕਿ ਅਸੀਂ ਉਹਨਾਂ ਨੂੰ ਸਬਕ ਸਿਖਾ ਸਕੀਏ। ਨਵਜੋਤ ਸਿੰਘ ਸਿੱਧੂ ਦੀ ਇਸ ਮਾਮਲੇ ਤੇ ਚੁੱਪੀ ਤੇ ਵੀ ਉਹਨਾਂ ਨੇ ਕਟਾਕਸ਼ ਕੀਤਾ ਅਤੇ ਕਿਹਾ ਕਿ ਸਿੱਧੂ ਨੂੰ ਇਸ ਮੌਕੇ ਤੇ ਆਪਣੇ ਦੋਸਤ ਇਮਰਾਨ ਖਾਨ ਦੇ ਕੋਲ ਜਾਣਾ ਚਾਹੀਦਾ ਸੀ ਅਤੇ ਆਰੋਪੀਆਂ ਤੇ ਸਖ਼ਤ ਕਾਰਵਾਈ ਦੀ ਮੰਗ ਕਰਨੀ ਚਾਹੀਦੀ ਸੀ। ਜੋ ਇੰਸੀਡੈਂਟ ਹੋਇਆ ਸਿੱਖਾਂ ਨੂੰ ਭਾਰਤ ਦੇ ਸਿੱਖਾਂ ਵਿੱਚ ਬਹੁਤ ਰੋਸ਼ ਹੈ, ਕਿਸ ਤਰ੍ਹਾਂ ਦੇਖ ਰਹੇ ਹੋ? ਦੇਖੋ ਜੀ, ਇੱਕ ਗੱਲ ਪਹਿਲੇ ਸਪਸ਼ਟ ਸੁਣ ਲਓ। ਦੁਨੀਆਂ 'ਚ ਬੈਠੇ ਹੋਏ ਸਿੱਖ ਸਮਾਜ, ਦੁਨੀਆਂ 'ਚ ਬੈਠਾ ਹੋਇਆ ਹਿੰਦੂ ਸਮਾਜ, ਦੁਨੀਆਂ 'ਚ ਬੈਠਾ ਹੋਇਆ ਸੈਕੂਲਰ ਮੁਸਲਮਾਨ, ਇਹ ਨਾ ਕਹੋ ਵੀ ਉਹ ਸਿੱਖਾਂ ਦੇ ਨਾਲ ਹੋਇਆ। ਨਹੀਂ, ਗੁਰੂ ਨਾਨਕ ਦੇਵ ਜੀ ਮਹਾਰਾਜ ਹਿੰਦੂ ਮੁਸਲਮਾਨ ਸਿੱਖ ਈਸਾਈਆਂ ਦੇ ਸਨ, ਸਾਰਿਆਂ ਦੇ ਗੁਰੂ ਸਨ, ਸਾਡੇ ਗੁਰੂ ਤਾਂ ਸਨ, ਪਰ ਉਹਨਾਂ ਨੇ ਇੱਕ ਸੰਦੇਸ਼ ਸੈਕੂਲਰਿਜ਼ਮ ਦਾ ਸੰਦੇਸ਼ ਦਿੱਤਾ ਸੀ। ਇੱਕ ਗੱਲ ਮੈਂ ਅੱਜ ਚਾਵਲਾ ਨੂੰ ਪੁੱਛਣਾ ਚਾਹੁੰਦਾ, ਜਿਹੜਾ AK-47 ਦਾ ਲਿਆ ਕੇ ਭਾਰਤ ਨੂੰ ਦਿਖਾਉਂਦਾ ਹੈ ਨਾ, ਅਸੀਂ ਐਂ ਕਰ ਦਾਂਗੇ, ਅਸੀਂ ਖਾਲਿਸਤਾਨ ਅਤੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਣਾ ਹੈ। ਅੱਜ ਮੈਂ ਚਾਵਲਾ ਨੂੰ ਪੁੱਛਣਾ ਚਾਹੁੰਦਾ, ਚਾਵਲਾ ਤੂੰ ISI ਦੇ ਏਜੰਟਾਂ ਦੇ ਨਾਲ ਮਿਲ ਕੇ ਜਿਹੜੇ ਸਾਡੇ ਗੁਰੂ ਮਹਾਰਾਜ ਅੰਮ੍ਰਿਤਸਰ ਦੇ ਵਿੱਚ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਸੀ ਮੀਆਂ ਮੀਰ ਜੀ ਦੇ ਪਰਿਵਾਰ 'ਚੋਂ, ਉਹਨਾਂ ਦੇ ਅੱਗੇ ਹੱਥ ਜੋੜਦੇ ਹਾਂ, ਨਮਸਕਾਰ ਕਰਦੇ ਹਾਂ, ਤੂੰ ਹੈ ਕੌਣ ਹੈ? ਤੂੰ ਉੱਥੇ ਸਾਰਿਆਂ ਨੂੰ ਲੈ ਕੇ ISI ਦੇ ਏਜੰਟਾਂ ਦੇ ਸ਼ਾਂਤ ਨੂੰ ਕੰਮ ਨੂੰ ਕਰਨ ਦੀ ਕੋਸ਼ਿਸ਼ ਕਰ ਰਿਹਾ? ਤੂੰ ਤਾਂ ਸਿੱਖ ਹੈ ਹੀ ਨਹੀਂ, ਤੂੰ ਤਾਂ ਕੌਮ ਦਾ ਕਦਾਰ ਹੈ। ਆਹ ਜਿਹੜੇ ਬੈਠੇ ਹੋਏ ਪਾਕਿਸਤਾਨ 'ਚ ਖਾਲਿਸਤਾਨੀ ਪਰਮਜੀਤ ਸਿੰਘ ਪੰਜਵੜ, ਇਹ ਬੱਬਰ ਖਾਲਸਾ ਅਤੇ ਖਾਲਿਸਤਾਨ ਕਮਾਂਡੋ ਫੋਰਸ, ਕਿੱਥੇ ਹੋ ਤੁਸੀਂ? ਕਿੱਥੇ ਆ ਪੰਨੂ? ਇੰਗਲੈਂਡ ਦਾ ਜਿਹੜਾ ਕਹਿੰਦਾ 2020 ਬਣਾਵਾਂਗੇ, ਕਿਹੜੀ 2020 ਬਣਾਏਗਾ? ਕਹਿੰਦਾ ਮੇਰਾ ਆਫਿਸ ਕਹਿੰਦਾ ਪਾਕਿਸਤਾਨ ਦੇ ਵਿੱਚ, ਕਿੱਥੇ ਹੋ ਤੁਸੀਂ? ਦੁਕਾਨਦਾਰੀਆਂ ਚਲਾਉਂਦੇ ਫਿਰਦੇ ਹੋ? ਤੁਹਾਡੇ ਸਾਡੇ ਸਭ ਦੇ ਗੁਰੂ ਦੇ ਉੱਤੇ ਹਮਲਾ ਹੋ ਜੇ, ਸਾਡੇ ਗੁਰਦੁਆਰਾ ਸਾਹਿਬ 'ਤੇ ਹਮਲਾ, ਗੁਰਦੁਆਰਾ ਸਾਹਿਬ 'ਤੇ ਹਮਲਾ ਨਹੀਂ, ਸਾਡੇ ਗੁਰੂ ਮਹਾਰਾਜ 'ਤੇ ਹਮਲਾ। ਇੱਕ ਪਾਸੇ ਤੁਸੀਂ ਕਰਤਾਰਪੁਰ ਸਾਹਿਬ, ਤੁਸੀਂ ਸਜਾ ਕੇ ਸਾਨੂੰ ਲੋਕਾਂ ਨੂੰ ਬੁਲਾਉਂਦੇ ਹੋ, ਅਤੇ ਦੂਜੇ ਪਾਸੇ ਸਾਡੇ ਗੁਰੂ ਮਹਾਰਾਜ ਨੂੰ ਬੇਅਦਬ ਕਰਦੇ ਹੋ, ਅਤੇ ਬੇਅਦਬ ਕਰਨ ਵਾਲਾ ਹੁਣ ਮਾਫੀਆਂ ਪਿਆ ਮੰਗੇ? ਕਾਹਦੀਆਂ ਮਾਫੀਆਂ? ਸਰਕਾਰ ਕਾਰਵਾਈ ਕਰਦੀ, ਸਰਕਾਰ ਕੇਸ ਰਜਿਸਟਰ ਕਰਦੀ, ਉੱਤੇ ਮੁਕੱਦਮਾ ਸਖ਼ਤ ਤੋਂ ਸਖ਼ਤ ਕਰਦੀ, ਔਰ ਬਾਹਰ ਬੈਠਾ ਮਾਫੀਆਂ ਮੰਗੀ ਜਾਂਦਾ। ਇੱਕ ਗੱਲ ਮੈਂ ਬਿਲਕੁਲ ਸਪਸ਼ਟ ਕਹਿ ਦਿਆਂ, ਅਗਰ ਮੇਰੀਆਂ ਲੱਤਾਂ ਬੰਬਾਂ ਨਾਲ ਖਰਾਬ ਨਾ ਹੁੰਦੀਆਂ, ਮੈਂ ਤੁਹਾਨੂੰ ਸਪਸ਼ਟ ਕਹਿ ਦਿਆਂ, ਜਿਹੜਾ ਕਹਿੰਦਾ ਮੈਂ ਕਰਕੇ ਦਿਖਾਉਣਾ, ਮੇਰੀਆਂ ਲੱਤਾਂ ਇਹਨਾਂ ਦੇਸ਼ ਧਰੋਈਆਂ ਨੇ ਮੇਰੀਆਂ ਲੱਤਾਂ ਨੂੰ ਹੈਂਡੀਕੈਪ ਮੈਨੂੰ ਕੀਤਾ, ਅਗਰ ਮੇਰੀਆਂ ਲੱਤਾਂ ਠੀਕ ਹੁੰਦੀਆਂ ਨਾ, ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਸਮ, ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਸਮ, ਕਿਸੇ ਵੀ ਤਰੀਕੇ ਦੇ ਨਾਲ ਬਾਰਡਰ ਪਾਰ ਕਰਕੇ ਭੇਸ ਬਦਲ ਕੇ ਜਾਂਦਾ, ਔਰ ਮਾਰ ਕੇ ਇਹਨੂੰ ਉੱਥੇ ਗੁਰੂ ਮਹਾਰਾਜ ਦੇ ਚਰਨਾਂ 'ਚ ਆਪਣੇ ਆਪ ਨੂੰ ਜੀਵਨ ਦੇ ਦਿੰਦਾ। ਅਗਰ ਇਹਨਾਂ 'ਚ ਜ਼ਮੀਰਾਂ ਖਾਲਿਸਤਾਨੀਆਂ 'ਚ ਜ਼ਮੀਰਾਂ ਨੇ, ਆਹ ਜਿਹੜਾ AK-47 ਦਿਖਾਉਣ ਵਾਲਾ ਚਾਵਲਾ 'ਚ ਹੈ ਪਰਮਜੀਤ ਸਿੰਘ ਪੰਜਵੜ, ਜਿਹੜੇ ਪਾਕਿਸਤਾਨ ਦੇ ਏਜੰਟ ਬਹਿ ਕੇ ਸਾਡੇ ਪੰਜਾਬ ਨੂੰ ਖਾਲਿਸਤਾਨ ਦੀਆਂ ਗੱਲਾਂ ਕਰਦੇ, ਜ਼ਮੀਰਾਂ ਮਾਰ ਕੇ ਆਓ ਇੱਥੇ, ਆਓ ਮਾਰ ਕੇ ਆਓ ਇੱਥੇ, ਅਸੀਂ ਸਰਕਾਰ ਨੂੰ ਕਹਾਂਗੇ ਛੱਡ ਦਿਓ ਇਹਨਾਂ ਦੇ, ਕਾਰਵਾਈ ਕੋਈ ਨਾ ਕਰੋ। ਪਰ ਜੇ ਤੁਸੀਂ ਦੁਕਾਨਦਾਰੀਆਂ ਚਲਾਉਣੀਆਂ, ਗੁਰੂ ਮਹਾਰਾਜ ਦੀਆਂ ਸੁੰਦਰ ਦਸਤਾਰਾਂ ਸਜਾ ਕੇ ਅਤੇ ਦਾੜੀਆਂ ਨੂੰ ਖੁੱਲ੍ਹਾ ਛੱਡ ਕੇ
ਤੁਸੀਂ ਭੇਸ ਪਾ ਕੇ ਅਤੇ ਸਾਡੇ ਗੁਰੂ ਮਹਾਰਾਜ ਦਾ ਅਪਮਾਨ ਤੁਸੀਂ ਉੱਥੇ ਬਰਦਾਸ਼ਤ ਕਰਨਾ, ਲੱਖ ਲਾਣੇ ਤਾਂ ਤੁਹਾਡੇ ਅਸੀਂ ਉਹਨਾਂ 'ਤੇ ਉੱਥੇ ਜਾ ਕੇ ਤੁਸੀਂ ਕਰਦੇ ਕੀ ਫਿਰਦੇ ਹੋ? ਤੁਸੀਂ ਗੁਰੂ ਮਹਾਰਾਜ ਦਾ ਅਪਮਾਨ ਕਰਦੇ ਹੋ, ਇੱਥੇ ਸਿੱਖ ਸਮਾਜ ਨੂੰ ਤੁਸੀਂ ਭੜਕਾਉਂਦੇ ਹੋ, ਕਿੱਥੇ ਤੁਹਾਡੀ ਜ਼ਮੀਰ, ਕਿੱਥੇ ਪੰਨੂ ਤੇਰੀ ਅਣਖ, ਕਿੱਥੇ ਵਿਦੇਸ਼ਾਂ 'ਚ ਬੈਠੇ ਖਾਲਿਸਤਾਨੀ ਹੋ, ਤੁਹਾਡੀ ਅਣਖਾਂ ਕਿੱਥੇ ਜ਼ਮੀਰਾਂ ਗਈਆਂ? ਜਾਓ ਪਾਕਿਸਤਾਨ ਦੇ ਅੰਦਰ ਹੈ ਜ਼ਮੀਰ, ਮਾਰ ਕੇ ਅਤੇ ਆਓ ਵਾਪਸ, ਨਹੀਂ ਤਾਂ ਮਰ ਜਾਓ ਉੱਥੇ ਜੇ ਤੁਹਾਡੀ ਜ਼ਮੀਰ ਹੈ। ਮੇਰੀਆਂ ਲੱਤਾਂ ਨਾ ਖਰਾਬ ਹੁੰਦੀਆਂ, ਮੈਂ ਜਾ ਕੇ ਮਾਰਦਾ ਉਹਨਾਂ ਨੂੰ ਔਰ ਉੱਥੇ ਹੀ ਜਾ ਕੇ ਆਪਣਾ ਜੀਵਨ ਦਿੰਦਾ। ਦੇਖੋ ਜੀ, ਗੱਲ ਇਹ ਹੈ, ਇਹ ਸਭ ਕੁਛ ਰਾਜਨੀਤੀ ਹੈ, ਪੋਲੀਟਿਕਸ ਹੈ। ਨਵਜੋਤ ਸਿੰਘ ਸਿੱਧੂ ਬੜਾ ਬੜਾ ਭਾਸ਼ਣ ਦੇ ਕੇ ਆਇਆ ਕਰਤਾਰਪੁਰ ਸਾਹਿਬ, ਔਰ ਮੁਲਕ ਦੇ ਨਾਗਦਾਰੀ ਕੀਤੀ, ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਦੇ ਖਿਲਾਫ ਉੱਥੇ ਮਜ਼ਾਕ ਉਡਾ ਕੇ ਆਇਆ ਨਵਜੋਤ ਸਿੰਘ ਸਿੱਧੂ। ਉੱਥੇ ਜਾਂਦਾ, ਜਾ ਕੇ ਤੁਰੰਤ ਵੀਜ਼ਾ ਲੈ ਕੇ ਇਮਰਾਨ ਖਾਨ ਨਾਲ ਬਾਤ ਗੱਲ ਕਰਦਾ, ਉੱਥੇ ਬਹਿ ਜਾਂਦਾ, ਧਰਨਾ ਦਿੰਦਾ, ਜੇ ਤੇਰੇ ਝਣਕ ਸੀ ਇਹਨੂੰ ਚੁੱਕੇ ਕਰੋ ਬੰਦ, ਇਹਦੇ 'ਤੇ ਧਾਰਾ ਲਾਓ, ਉਹ ਕਿ ਸਾਰੀ ਉਮਰ ਅੰਦਰ ਤੜਫਦਾ ਰਹੇ ਜਿਹਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਅਪਮਾਨ ਕੀਤਾ। ਮੈਂ ਸਪਸ਼ਟ ਤੌਰ 'ਤੇ ਕਹਿ ਦੇਣਾ ਚਾਹੁੰਦਾ, 93 ਦਾ ਮੇਰਾ ਪਾਕਿਸਤਾਨ ਦੇ ਬਾਰਡਰ 'ਤੇ ਵਾਹਗਾ ਬਾਰਡਰ ਦਾ ਪ੍ਰਦਰਸ਼ਨ ਯਾਦ ਕਰੋ। ਇਹਨਾਂ ਨੂੰ ਕਹਿਣਾ ਚਾਹੁੰਦਾ, ਕਿਤੇ ਐਸਾ ਨਾ ਹੋਵੇ ਦੁਬਾਰਾ ਫਿਰ ਇਹੋ ਜਿਹਾ ਹਾਲਾਤ। ਇਕੱਲੇ ਸਿੱਖ ਨਹੀਂ, ਵਾਰ ਵਾਰ ਸਿੱਖ ਦੀ ਗੱਲ ਕਰਨੀ, ਸਿੱਖ ਪ੍ਰਦਰਸ਼ਨ ਕਰੋ, ਇਹ ਪ੍ਰਦਰਸ਼ਨਾਂ ਨਾਲ ਕੁਛ ਨਹੀਂ ਆਉਣਾ। ਇਹ ਮੈਂ ਸਿੱਖ ਸਮਾਜ ਦੇ ਜਿਹੜੇ ਠੇਕੇਦਾਰ ਕਹਿਣਾ ਚਾਹੁੰਦਾ, ਇਹ ਫੋਟੋਆਂ ਖਿਚਾਉਣ ਵਾਲਿਆਂ ਨੂੰ ਕਹਿਣਾ ਚਾਹੁੰਦਾ, ਇਹ ਪ੍ਰਦਰਸ਼ਨਾਂ ਨਾਲ ਕੁਛ ਨਹੀਂ ਆਉਣਾ। ਬੜੀਆਂ ਫੋਟੋਆਂ ਤੁਹਾਡੀਆਂ ਆ ਚੁੱਕੀਆਂ, ਤੁਹਾਡੇ ਗੁਰੂ ਦਾ ਅਪਮਾਨ ਹੋਇਆ, ਕਰਨਾ ਤਾਂ ਕੋਈ ਇਹੋ ਜਿਹਾ ਕਰਮ ਕਰੋ ਜਿਹੜਾ ਇਤਿਹਾਸ ਦੇ ਸੁਨਹਿਰੀ ਪੰਨਿਆਂ 'ਚ ਲਿਖਿਆ ਜਾਵੇ, ਅਤੇ ਦੁਬਾਰਾ ਕਿਤੇ ਗੁਰੂ ਮਹਾਰਾਜ ਗੁਰਦੁਆਰਾ ਸਾਹਿਬ ਹੋਵੇ, ਮੰਦਰ ਹੋਵੇ, ਉਹਦਾ ਕਿਸੇ ਦਾ ਅਪਮਾਨ ਨਾ ਕਰ ਸਕੇ। ਇਹ ਪ੍ਰਦਰਸ਼ਨ ਟੋਟਲ ਡਰਾਮੇ ਨੇ, ਮੈਂ ਬੜਾ ਦੇਖ ਚੁੱਕਾ, ਇਹ ਸਭ ਟੋਟਲ ਡਰਾਮਾ ਪ੍ਰਦਰਸ਼ਨ। ਦੇਖੋ ਜੀ, ਗੱਲ ਅੱਜ ਨਾ ਰਾਜੋਆਨਾ ਅਤੇ ਨਾ ਭੁੱਲਰ, ਗੱਲ ਕਰਾਂਗੇ ਠੋਕੇ ਦੇ ਬਾਰੇ ਬਾਅਦ 'ਚ, ਅਤੇ ਠੋਕੇ ਕੀਤੀ ਅੱਜ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਉਹਨਾਂ ਤੋਂ ਵੱਡਾ ਕੋਈ ਨਹੀਂ, ਅਸੀਂ ਤਾਂ ਕੁਛ ਵੀ ਨਹੀਂ, ਅਸੀਂ ਤਾਂ ਪਾਪੀ ਜਿਹੇ ਇਨਸਾਨ ਹਾਂ। ਮੈਂ ਇੱਕੋ ਗੱਲ ਕਹਿਣਾ ਚਾਹੁੰਦਾ, ਇੱਕੋ ਹੀ ਮੁੱਦਾ, ਗੁਰੂ ਨਾਨਕ ਦੇਵ ਜੀ ਮਹਾਰਾਜ ਨਨਕਾਣਾ ਸਾਹਿਬ ਦਾ ਜਿਹੜਾ ਅਪਮਾਨ ਹੋਇਆ, ਉਹਦਾ ਬਦਲਾ ਕੌਣ ਲਏਗਾ? ਕੌਣ ਜਰਨੈਲ ਨਿਕਲੇਗਾ ਜਿਹੜਾ ਬਦਲਾ ਲਏ? ਇੱਥੇ ਮਾਰ ਦਿਓ ਬੇਗੁਨਾਹ ਨੂੰ, ਕਤਲ ਕਰ ਦਿਓ, ਇੱਥੇ ਹਿੰਦੂ ਸਮਾਜ ਦੇ ਲੋਕਾਂ ਨੂੰ ਤੁਸੀਂ ਗਲਤ ਅਫਾਵਾਂ ਉਡਾਉਂਦੇ ਉਹਨਾਂ ਬਾਰੇ, ਅਤੇ ਉੱਥੇ ਤੁਹਾਡੇ ਗੁਰੂ ਦਾ ਅਪਮਾਨ ਹੁੰਦਾ? ਹਿੰਦੁਸਤਾਨ ਸਾਡਾ ਯਾਦ ਰੱਖਣਾ, ਅਸੀਂ ਹਿੰਦੂ ਮੁਸਲਿਮ ਸਿੱਖ ਇਸਾਈ ਹਿੰਦੁਸਤਾਨ ਦੇ ਵਿੱਚ ਇਕੱਠੇ ਹਾਂ ਔਰ ਇਕੱਠੇ ਰਹਾਂਗੇ, ਪਰ ਤੁਹਾਡੇ ਚੱਕਰਾਂ 'ਚ ਹੁਣ ਕੋਈ ਫਸਣ ਵਾਲਾ ਨਹੀਂ। ਨਿਊ 24 ਅਤੇ ਪਤਾ ਨਹੀਂ ਕਿਹੜੇ ਕਿਹੜੇ ਖਾਲਿਸਤਾਨ ਅਤੇ ਚਾਵਲਾ ਅਤੇ ਪਰਮਜੀਤ ਸਿੰਘ ਪੰਜਵੜ ਕਿੱਥੇ ਹੋ ਹੁਣ ਤੁਸੀਂ? ਸਾਡੇ ਪੰਜਾਬ ਨੂੰ ਜਿਸ ਪਾਕਿਸਤਾਨ ਨੇ ਬਰਬਾਦ ਕੀਤਾ, ਉਹਨਾਂ ਦਾ ਨਮਕ ਖਾਂਦੇ ਹੋ ਤੁਸੀਂ? ਉਹਨਾਂ ਦਾ ਨਮਕ ਖਾ ਕੇ ਉੱਥੇ ਬਹਿ ਕੇ ਗੁਰਦੁਆਰਾ ਸਾਰਾ ਅਪਮਾਨ ਦੇਖਦੇ ਹੋ ਤੁਸੀਂ? ਅਤੇ ਅੱਜ ਦੇ ਹਾਲਾਤ ਹੋਰ ਸੀ। ਇਸ ਵੇਲੇ ਸਾਡੀਆਂ ਜਿਹੜੀਆਂ ਗੌਰਮੈਂਟ ਨੇ ਟੈਰਰਿਜ਼ਮ ਦੇ ਮੁੱਦੇ ਦੇ ਉੱਤੇ, ਉਹਨਾਂ ਦਾ ਮੁੱਦਾ ਬਿਲਕੁਲ ਕਲੀਅਰ ਹੈ, ਉਹ 'ਚ ਕੋਈ ਕਮੀ ਨਹੀਂ। ਮੈਂ ਤੁਹਾਨੂੰ ਫਿਰ ਕਹਿ ਚੁੱਕਾ, ਉਹ ਇੱਕ ਵਕਤ ਸੀ, ਅੱਜ ਇੱਕ ਵਕਤ ਹੈ। ਅੱਜ ਇੱਕ ਪ੍ਰੋਟੈਸਟ ਕਰਨਾ, ਮੈਂ ਸਮਝਦਾ ਸਾਡੀ ਇੱਕ ਪਬਲਿਸਿਟੀ ਦਾ ਜ਼ਰੀਆ ਬਣ ਚੁੱਕਾ। ਪ੍ਰੋਟੈਸਟ ਨਾ ਕੁਛ ਨਹੀਂ ਹੋਣਾ, ਕੁਛ ਕਰਕੇ ਦਿਖਾਈਏ, ਕੋਈ ਨਿਕਲੇ। ਜਿਸ ਉਸ ਘਟੀਆ ਆਦਮੀ ਨੇ ਸਾਡੇ ਗੁਰੂ ਮਹਾਰਾਜ ਦਾ ਅਪਮਾਨ ਕੀਤਾ, ਕੋਈ ਨਿਕਲੇ ਯੋਧਾ ਦੁਨੀਆ ਦੇ ਵਿੱਚੋਂ ਜਿਹੜਾ ਮਾਰ ਕੇ ਆਵੇ ਵਾਪਸ, ਅਤੇ ਫਿਰ ਕਵਾਂਗੇ ਕੰਮ ਕੀਤਾ। ਮੈਂ ਕਦੀ ਇਹੋ ਜਿਹੀ ਘਟੀਆ ਗੱਲ ਨਹੀਂ ਕਰਦਾ, ਪਰ ਕਵਾਂਗਾ, ਕਿਉਂਕਿ ਸਾਨੂੰ ਜੀਣ ਦਾ ਹੱਕ ਹੀ ਨਹੀਂ ਅਗਰ ਸਾਡੇ ਗੁਰੂ ਮਹਾਰਾਜ ਦਾ ਅਪਮਾਨ ਕਰ ਲਏ। ਸਾਡੇ ਨਨਕਾਣਾ ਸਾਹਿਬ ਦਾ ਸਾਨੂੰ ਜੀਣ ਦਾ ਕੋਈ ਹੱਕ ਨਹੀਂ। ਇਹ ਪ੍ਰੋਟੈਸਟ ਪ੍ਰਦਰਸ਼ਨ ਬੜੇ ਦੇਖੇ ਜਨਾਬ, ਪਾਕਿਸਤਾਨ ਦੀਆਂ ਅੰਬੈਸਾਂ 'ਤੇ, ਅੰਬੈਸੀਆਂ 'ਤੇ ਲੱਖਾਂ ਬੰਦਿਆਂ ਦੇ, ਕੱਛ ਬਾਰਡਰ, ਗੰਗਾਨਗਰ ਬਾਰਡਰ, ਕਸ਼ਮੀਰ ਬਾਰਡਰ, ਵਾਹਗਾ ਬਾਰਡਰ 'ਤੇ, ਸਾਹਮਣੇ ਗੇਟ 2-2 ਲੱਖ ਦੀ ਭੀੜ ਤੁਸੀਂ ਦੇਖਿਆ, ਤਿਰੰਗੇ ਝੰਡੇ ਲੈ ਕੇ ਬੜੇ ਕੀਤੇ। ਅਸੀਂ ਇੱਕੋ ਗੱਲ ਕਹਿਣਾ ਚਾਹੁੰਦੇ ਹਾਂ, ਕਰਨਾ ਤਾਂ ਕੁਛ ਐਸਾ ਕਰੋ, ਜਾਂ ਇਮਰਾਨ ਸਰਕਾਰ ਉੱਥੇ ਕੁਛ ਇਹੋ ਜਿਹਾ ਸਖ਼ਤ ਸਟੈਪ ਚੁੱਕੇ
ਇਹ ਸ਼ਾਂਤੀ ਦਾ ਸੰਦੇਸ਼ ਦੇਣਾ, ਭਾਈਚਾਰੇ ਦਾ ਸੰਦੇਸ਼ ਦੇਣਾ, ਇਹ ਤਾਂ ਟੋਟਲ ਡਰਾਮਾ। ਉਹ ਚਾਵਲਾ ਚਾਵਲਾ ਦਾ ਸਿੱਖ ਹੈ ਹੀ ਨਹੀਂ, ਪਤਾ ਚੱਲ ਚੁੱਕਾ ਮਰ ਜਾਂਦਾ ਉੱਥੇ ਮਰ ਜਾਂਦਾ, ਉੱਥੇ ਬਾਹਰ ਜਾ ਕੇ ਬਹਿ ਕੇ ਧਰਨਾ ਦਿੰਦਾ ਕਿ ਮੈਂ ਉਨੀ ਦੇਰ ਤੱਕ ਨਹੀਂ ਉੱਠਾਂਗਾ ਜਿੰਨੀ ਦੇਰ ਤੱਕ ਕਾਰਵਾਈ ਨਹੀਂ ਹੁੰਦੀ। ਕਾਰਵਾਈ ਹੋਈ ਨਹੀਂ ਤੇ ਸ਼ਾਂਤੀ ਦਾ ਸੰਦੇਸ਼ ਲੈ ਕੇ ਆ ਗਏ, ਸਾਨੂੰ ਬੇਵਕੂਫ ਬਣਾਉਂਦੇ ਹੋ, ਬੜੀ ਰਾਜਨੀਤੀ ਦੇਖੀ ਅਸੀਂ। ਬੁਲਾ ਨਿਊਜ਼ ਲਈ ਲੁਧਿਆਣਾ ਤੋਂ ਪਵਨ ਸੈਣੀ ਦੀ ਰਿਪੋਰਟ।